जटाली मत आया। थैंक यू डार्लिंग। जिम स्टार्ट कर लगे ना यार, हूं जल्दी वर्कआउट शुरू कर देंगे। देख लो भाई एनका ना मेरे कोई सेटिंग सुनियो, आ जाओ मान सब अदर आवांगे भाई मान। पाकिस्तान पाकिस्तान छेती भाई छेती छेती। हेलो फिर से सुनो। थैंक यू भाई थैंक यू। ਬਾਜਾਨ ਕੈਂਡ ਕੈਂਡ ਡਾਰਲਿੰਗ ਤੇਰੀ ਨਾ ਜਾ ਜਾ ਉਹ ਵੀ ਗਾਣਾ ਸੁਣਨਾ ਕਿਸੇ ਨੇ ਫਿਰ ਉਹ ਗਾਣਾ ਸੁਣੋ ਆਪੀਏ ਭੈਣ ਤੇਰੀ ਨਾਲ ਰਾਤੀਆਂ ਨੂੰ ਛੁਆ ਦੇ ਸੁਪਨੇ ਆਉਂਦੇ ਨੇ ਤੇਰੇ ਵਰਗੇ ਚੈਚਾਂ ਕਿਲਿਆ ਫਿਰੇ फर्स्ट ऑफ ऑल थैंक यू वेरी मच ईपी नू इना प्यार देने वास्ते, बहुत बहुत शुक्रिया तुहाडा सारिआं दा। ओ मानसा भरावो मसा दा मानसा तो गया यार, आ जाऊंगा मानसा की करवाना मानसा मैं तो। सौण दा महीना लाओ भाई, सौण दा महीना भी ला देना मेरी जान। आ जाओ थोनू पहला सुन लो लव फ्रॉम अजमेर राजस्थान। थैंक यू अजमेर वाले। प्लीज सिंग मूव स्टेप, वो भी सुना देने भाई कोई गल ही नहीं। सुख दहा जावे ਦੇਵਰ ਗੱਭਰੂ ਹੋ ਗਿਆ ਮੱਖਣਾ ਕੱਲੀ ਨੂੰ। ਲਾਸਟ ਰਾਈਡ ਮਤਲਬ ਸਿੰਗਿੰਗ ਛੱਡ ਤਾਂ ਨਹੀਂ ਦੇਵੋਗੇ? ਉਹ ਨਹੀਂ ਯਾਰ, ਸਿੰਗਿੰਗ ਕਿਉਂ ਛੱਡਣੀ ਆ ਬਾਈ, ਇਹ ਸ਼ੌਂਕ ਆਪਣਾ, ਕੰਮ ਬਾਅਦ 'ਚੋਂ ਬਣਿਆ, ਸ਼ੌਂਕ ਛੱਡੇ ਥੋੜ੍ਹੀ ਜਾਂਦੇ ਹੁੰਦੇ ਆ, ਸ਼ੌਂਕ ਪਾਲੇ ਜਾਂਦੇ ਹੁੰਦੇ। ਲਵ ਫਰੋਮ ਰਾਜਸਥਾਨ ਹਾਏ ਭਾਅ ਜੀ। ਹਾਂਜੀ ਜਿਹੜੀ ਮੈਂ ਤੁਹਾਨੂੰ ਗੱਲ ਕਰਨੀ ਸੀ ਯਾਰ, 4 ਜੂਨ ਦਾ ਆਪਣਾ ਕੌਨਸਰਟ ਆ ਗੁਰੂਗ੍ਰਾਮ ਦੇ ਵਿੱਚ, ਕੈਮੋ ਫੈਸਟੀਵਲ ਵਾਲੇ ਕਰਾ ਰਹੇ ਆ, ਅਤੇ 4 ਜੂਨ ਨੂੰ ਟਿਕਟ ਲੈ ਲਓ ਬੁੱਕ ਮਾਈ ਸ਼ੋਅ ਤੋਂ, ਜਿੰਨਾ ਜਿੰਨਾ ਨੇ ਆਉਣਾ ਆ ਜਾਓ ਜਲਦੀ, ਫਿਰ ਤੁਹਾਡੇ ਭਰਾ ਨੇ ਚੱਲ ਜਾਣਾ, 12 ਸ਼ੋਅਜ਼ ਨੇ, ਅਤੇ ਸਪੈਸ਼ਲੀ ਗੁਰੂਗ੍ਰਾਮ ਦੇ ਜਿਹੜੇ ਨੇੜੇ ਤੇੜੇ ਰਹਿੰਦੇ ਨੇ, ਕੋਈ ਆਸੇ ਪਾਸੇ ਸ਼ੋਅ ਹੋਣਾ ਚਾਹੁੰਦਾ, ਕਈਆਂ ਨੂੰ ਟਿਕਟ ਦਾ ਨਹੀਂ ਪਤਾ ਕਿੱਥੋਂ ਲੈਣੀ ਹੈ ਟਿਕਟ, ਬੁੱਕ ਮਾਈ ਸ਼ੋਅ ਤੋਂ ਟਿਕਟਾਂ ਖਰੀਦ ਲਓ ਬਾਈ, ਅਤੇ ਖਿੱਚ ਦਿਓ ਕੰਮ, ਮੈਂ ਵੀ ਤਿਆਰੀ ਕਰ ਰਿਹਾ, ਆਪਾਂ 4 ਨੂੰ ਪੂਰਾ ਗਾਹ ਪਾਉਣਾ, ਅਤੇ ਉੱਦਣ ਆਪਾਂ ਇੰਜੋਏ ਕਰਨਾ ਪੂਰਾ, ਅਤੇ ਤੁਸੀਂ ਆ ਜਾਓ ਜਿਹਨੂੰ ਜਿਹਨੇ ਟਿਕਟ ਖਰੀਦਣੀ ਹੈ ਬੁੱਕ ਮਾਈ ਸ਼ੋਅ ਤੋਂ, ਹੈ ਨਾ, ਬੁੱਕ ਮਾਈ ਸ਼ੋਅ ਤੋਂ ਬਾਈ, ਗੁਰੂਗ੍ਰਾਮ 4th of June, ਅਤੇ ਬਾਕੀ ਕੈਨੇਡਾ ਅਮੈਰੀਕਾ ਪਾਕਿਸਤਾਨ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਵਾਲੇ ਰੈਡੀ ਹੋ ਜਾਓ ਬਾਈ, ਆਪਾਂ ਆ ਰਹੇ ਹਾਂ ਜੁਲਾਈ 'ਚ, ਆਪਣਾ ਟੂਰ ਸਟਾਰਟ ਆ 23rd ਨੂੰ ਵੈਨਕੂਵਰ ਤੋਂ ਸਟਾਰਟ ਕਰਾਂਗੇ, ਅਤੇ ਫਿਰ ਸਾਰੇ ਤੁਹਾਨੂੰ ਡੇਟਸ ਵਗੈਰਾ ਅਨਾਊਂਸ ਕਰ ਦਿਆਂਗੇ। ਪਲੈਟੀਨਮ ਇਵੈਂਟਸ ਕਰ ਰਹੇ ਹੈਗਾ ਸ਼ੋਅ, ਅਤੇ ਉਹਦਾ ਵੀ ਛੇਤੀ ਤੁਹਾਨੂੰ ਡੇਟਸ ਵਗੈਰਾ ਸਾਰਾ ਕੁਛ ਕਰਾਂਗੇ, ਅਤੇ ਬਾਈ ਥੈਂਕ ਯੂ ਵੀਰੇ ਅਤੇ ਸਾਰੇ ਜਾਣੇ ਬਾਈ ਜਿਹਨੇ ਜਿਹਨੇ ਟਿਕਟਸ ਨਹੀਂ ਖਰੀਦੀਆਂ ਮੇਰਾ ਵੀ ਟਿਕਟਾਂ ਲੈ ਲਿਓ, ਅਤੇ ਸਾਰੇ ਜਾਣੇ ਪਹੁੰਚਿਓ, ਮੇਰਾ ਭਰਾ ਉੱਥੇ ਹੈ ਨਾ ਸਨੀ ਮਾਲਟਨ, ਕਿੱਦਾਂ ਬਰੋ, ਲੱਸੀ ਲੁੱਸੀ ਪੀ ਲਈ ਬਰੋ, ਕਿੱਦਾਂ ਬਰੋ, ਕਿੱਦਾਂ ਠੀਕ ਠਾਕ ਹੋ, ਹੋਪ ਯੂ ਆਰ ਗੁੱਡ ਬਰੋ, ਭਰਾ ਹੈ ਆਪਣਾ, ਨੈਵਰ ਫੋਲਡ ਨੈਵਰ ਬੈਕ ਡਾਊਨ, ਅਫਕੋਰਸ ਬਰੋ ਨੈਵਰ ਬੈਕ ਡਾਊਨ। ਕਿਵੇਂ ਸੋਹਣੇ ਸਨੀ ਵਰਲਡ, ਹੱਸਦਾ ਲੱਸੀ ਪੀ ਲਈ ਮੈਂ ਬਰੋ, ਓਕੇ ਬਰੋ, ਇੱਧਰ ਵੀ ਭੇਜਦੇ ਬਰੋ ਪੀ ਲੈਂਦੇ ਹਾਂ ਥੋੜ੍ਹੀ ਬਹੁਤ, ਕਿੱਦਾਂ ਬਰੋ ਸਿੱਧੂ, ਬਹੁਤ ਵਧੀਆ ਬਰੋ ਬਹੁਤ ਵਧੀਆ। ਮਿੱਤਰੋ ਲਾਈਫ ਇਜ਼ ਆਲ ਅਬਾਊਟ ਹੈਪੀਨੈਸ ਐਂਡ ਪੋਜ਼ਿਟਿਵਿਟੀ, ਅੱਜ ਅਸੀਂ ਹੱਸੀ ਜਾਂਦੇ ਹਾਂ ਸਾਰੇ, ਠੀਕ ਹੈ ਚਲੋ ਸਾਰੇ, ਅਸੀਂ ਇਹੀ ਚਾਹੁੰਦੇ ਹੁੰਦੇ ਆਲਵੇਜ਼ ਵੀ ਸਾਰੇ ਜਾਣੇ ਪੋਜ਼ਿਟਿਵ ਰਹਿਣ, ਸਾਰੇ ਚੰਗੀਆਂ ਗੱਲਾਂ ਕਰਨ, ਖੁਸ਼ ਰਹਿਣ, ਹੱਸਣ, ਪਰ ਸਮਟਾਈਮਸ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ
ਪੋਸਟਾਂ ਪਾਸਟਾਂ ਸੋਸ਼ਲ ਮੀਡੀਆ ਇਜ਼ ਆਲ ਅਬਾਊਟ ਨੈਗੇਟਿਵਿਟੀ ਸਾਰੀਆਂ ਚੀਜ਼ਾਂ ਉਹਨੇ ਐਂ ਕਿਉਂ ਕਰਤਾ ਉਹਨੇ ਐਂ ਕਿਉਂ ਕਰਤਾ ਸਾਥੋਂ ਕਿਉਂ ਨਹੀਂ ਪੁੱਛਿਆ ਪਤਾ ਨਹੀਂ ਹਨਾ ਸੋ ਧਿਆਨ ਨਾ ਦਿਆ ਕਰੋ ਬਾਈ ਇਹਨਾਂ ਚੀਜ਼ਾਂ ਬਾਰੇ ਕਈ ਵਾਰੀ ਸੋਸ਼ਲ ਮੀਡੀਆ 'ਤੇ ਇਹੋ ਜਿਹੀ ਇਮੇਜ ਦੇ ਦਿੰਦੇ ਆ ਬੰਦੇ ਦੀ ਅਤੇ ਜਦੋਂ ਤੁਸੀਂ ਕਿਸੇ ਨੂੰ ਜਾ ਕੇ ਮਿਲਦੇ ਹੋ ਤੁਹਾਨੂੰ ਇਹ ਲੱਗਦਾ ਵੀ ਯਾਰ ਨਹੀਂ ਮੈਂ ਤਾਂ ਇਹੋ ਜਿਹੇ ਕੋਈ ਬੰਦੇ ਨਹੀਂ ਲਿਖੇ ਨਾ ਚਸ਼ਮਾ ਵਧੀਆ ਬਾਈ ਥੈਂਕ ਯੂ ਬਾਈ ਥੈਂਕ ਯੂ ਵੈਰੀ ਮੱਚ ਨਿਊ ਐਲਬਮ ਨੇਮ ਉਹ ਯਾਰ ਕੁਛ ਕੋਈ ਐਲਬਮ ਨਹੀਂ ਆਉਣੀ ਮੈਂ ਕੁਛ ਨਹੀਂ ਕਰ ਦਿੰਦਾ ਉਹਨਾਂ ਗਾਣਾ ਗੂਣਾ ਕਰਨਾ ਕੱਲ ਨੂੰ ਆ ਰਿਹਾ ਗਾਣਾ ਪਤਾ ਤਾਂ ਹੈਗਾ ਬਾਈ ਮੈਂ ਟੀਜ਼ਰ ਪਾਇਆ ਜੇ ਗਾਣੇ ਗੁਣੇ ਖਾਤਰ ਨਹੀਂ ਮੈਂ ਲਾਈਵ ਹੋਇਆ ਬਾਈ ਜਿਵੇਂ ਪ੍ਰਮੋਸ਼ਨ ਕਰਨੀ ਹੈ ਜਾਂ ਹਾਈਪ ਲੈਣੀ ਹੈ ਮੈਂ ਉੱਦਾਂ ਵੈਸੇ ਅੱਜ ਅਸੀਂ ਵਿਹਲੇ ਸੀਗੇ ਗਾਣੇ ਗੁਣੇ ਸੁਣ ਰਹੇ ਸੀ ਸੋ ਦੈਟਸ ਵਾਈ ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕੀਤਾ ਮੈਂ ਕਿਹਾ ਮੈਂ ਮੈਨੂੰ ਲੱਗਦਾ 3-4 ਮਹੀਨੇ ਹੋ ਗਏ ਮੈਂ ਲਾਈਵ ਹੀ ਨਹੀਂ ਹੋਇਆ ਨਾ ਮੈਂ ਕਿਸ ਨਾਲ ਗੱਲ ਹੋਈ ਮੇਰੀ ਹੈ ਨਾ ਬਾਈ ਗਾਡਰ ਬਰੋ ਥੈਂਕ ਯੂ ਬਾਈ ਕਿੱਥੇ ਹੈ ਗਾਡਰ ਬਰੋ ਬਾਈ ਕਿਸੇ ਬਾਰੇ ਕੋਈ ਗੱਲਬਾਤ ਨਹੀਂ ਵੀਰੇ ਮੈਂ ਕਿਸੇ ਨੂੰ ਨੈਗੇਟਿਵ ਬੋਲਣ ਨਹੀਂ ਆਇਆ ਇੱਥੇ ਠੀਕ ਆ ਆਪਾਂ ਤਾਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਕੋਈ ਹੋਰ ਕੋਈ ਗੱਲਬਾਤ ਕੋਈ ਕੁਐਸਚਨ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਹੁਣ ਫਰੀ ਹਾਂ ਮੈਂ ਕੋਈ ਗੱਲਬਾਤ ਕੋਈ ਕਰਨਾ ਚਾਹੁੰਦਾ ਦਿਲ ਦਾ ਨਹੀਂ ਮਾੜਾ ਥੈਂਕ ਯੂ ਜੀ ਤੁਸੀਂ ਸਾਰੇ ਦਿਲ ਦੇ ਨਹੀਂ ਮਾੜੇ ਬਾਈ ਹੋਰ ਸੁਣਾ ਕਿਵੇਂ ਸਿੱਧੂ ਘੈਂਟ ਜਾ ਨਾ ਘੈਂਟ ਘੈਂਟ ਪੂਰਾ ਵਧੀਆ ਕਰੰਟ 'ਚ ਪੂਰੇ 'ਚ ਸੋਹਣਾ ਵੀਰ ਮੇਰਾ ਥੈਂਕ ਯੂ ਬਾਈ ਤੁਹਾਡੀ ਨਿਗਾਹ ਸੋਹਣੀ ਹੈ ਬਾਈ ਦੇਖਣ ਵਾਲੀ ਬਾਈ ਸਲਾਮ ਕਰ ਦਿਓ ਪਲੀਜ਼ ਸਲਾਮ ਸਲਾਮ ਗੁਜਰਾਤ ਆਓ ਭਾਅ ਜੀ ਆਵਾਂਗੇ ਵੀਰੇ ਗੁਜਰਾਤ ਵੀ ਵਾਹਿਗੁਰੂ ਨੇ ਸਵੱਬ ਬਣਾਇਆ ਤਾਂ ਜ਼ਰੂਰ ਆਵਾਂਗੇ ਨੋਬਾਡੀ ਕੈਨ ਕੰਪੀਟ ਯੂ ਇਨ ਇੰਟਾਇਰ ਪੰਜਾਬ ਓਕੇ ਬਾਈ ਥੈਂਕ ਯੂ ਉਹ ਬਾਈ ਮੇਰੇ ਵਿਆਹ ਤੋਂ ਕਿਆ ਲੈਣਾ ਤੁਸੀਂ ਹੋ ਜੂਗਾ ਵਿਆਹ ਮੇਰਾ ਵੀ ਕੋਈ ਨਹੀਂ ਸਾਰੀ ਦੁਨੀਆ ਦੇ ਹੋਈ ਜਾਂਦੇ ਆਪਣਾ ਵੀ ਹੋਜੂਗਾ ਕੋਈ ਮਸਲੇ ਵਾਲੀ ਗੱਲ ਖਿੱਚ ਕੇ ਸਾਰੇ ਪੁੱਛੇ ਬਾਈ ਵਿਆਹ ਕਦੋਂ ਕਰਾ ਦੇ ਦੱਸ ਸਪੀਕ ਹਿੰਦੀ ਜੀ ਬੋਲੀਏ ਮੁੰਬਈ ਸੌਂਗ ਕੱਢੋ ਵੀਰ ਜਲਦੀ 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 ਥੈਂਕ ਯੂ ਬਾਈ ਥੈਂਕ ਯੂ ਬਸ ਬ੍ਰੋ ਮੈਂ ਲਾਈਵ ਐਂਡ ਕਰਨ ਲੱਗਿਆ ਅਤੇ ਬਸ ਮੈਂ ਦੋ ਕੁ ਗੱਲਾਂ ਕਹੂੰਗਾ ਥੈਂਕਸ ਲੋਟ ਥੈਂਕ ਯੂ ਵੈਰੀ ਮੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਹਰੇਕ ਚੀਜ਼ ਬਾਈ ਇੰਨੇ ਗਾਣੇ ਨੂੰ ਤੁਸੀਂ ਪਿਆਰ ਕੀਤਾ ਠੀਕ ਹੈ ਉਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚੋਂ ਵੀ ਮੈਨੂੰ ਹਿੰਮਤ ਦਿੱਤੀ ਜਿੱਥੋਂ ਨਿਕਲਣਾ ਕਿਸੇ ਬੰਦੇ ਲਈ ਬਹੁਤ ਔਖਾ ਹੋ ਜਾਂਦਾ ਅਤੇ ਜਦੋਂ ਇਲੈਕਸ਼ਨਸ ਜਿਹੀਆਂ ਹੋਈਆਂ ਸੀ ਸਾਰਾ ਕੁਛ ਇੰਨੀ ਨੈਗੇਟਿਵਿਟੀ ਸੀ ਆਸੇ ਪਾਸੇ ਸਾਰੇ ਲੋਕ ਹੈ ਨਾ ਅਤੇ ਮੈਂ ਕਹਿੰਦਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਰ ਗਿਆ ਤੁਸੀਂ ਮੈਨੂੰ ਬਹੁਤ ਸਪੋਰਟ ਕੀਤਾ ਹਮਾਇਤ ਕੀਤੀ ਫਿਰ ਉੱਥੇ ਆਪਾਂ ਅਤੇ ਆਲਵੇਜ਼ ਬਰੋ ਜਿੱਥੇ ਜਿੱਥੇ ਆਪਦੇ ਲੋਕਾਂ ਲਈ ਖੜਨ ਦਾ ਟਾਈਮ ਹੋਇਆ ਤਾਂ ਖੜਾਂਗੇ ਜ਼ਰੂਰ ਹੈ ਨਾ ਅਤੇ ਥੈਂਕ ਯੂ ਫੋਰ ਦਾ ਪੋਜ਼ਿਟਿਵਿਟੀ ਤੁਸੀਂ ਮੈਨੂੰ ਜਿਹੜੀ ਪੋਜ਼ਿਟਿਵਿਟੀ ਦਿੱਤੀ ਇੰਨੀ ਇੰਨਾ ਵਧੀਆ ਸਾਰਾ ਕੁਛ ਹੋਇਆ ਨਾ ਅਤੇ ਦੁਬਾਰੇ ਹੁਣ ਗਾਣਿਆਂ 'ਚ ਫਿਰ ਚਲੋ ਗਾਣੇ ਤਾਂ ਇਕੱਲੀ ਚੱਲੀ ਜਾਣਗੇ ਬਰੋ ਪਰ ਇਹ ਗੱਲ ਆ ਬਰੋ ਵੀ ਕਈ ਵਾਰੀ ਸਿਚੁਏਸ਼ਨਸ ਇਹੋ ਜਿਹੀਆਂ ਹੋ ਜਾਂਦੀਆਂ ਬੰਦੇ ਨੂੰ ਅਪ ਐਂਡ ਡਾਊਨਸ ਆਉਣ ਲੱਗ ਜਾਂਦੇ ਆ ਪਰ ਜ਼ਿੰਦਗੀ ਦੇ ਵਿੱਚ ਵੀ ਮੈਂ ਜਿੰਨਾ ਸਹਾਰਾ ਤੁਸੀਂ ਮੈਨੂੰ ਦਿੱਤਾ ਉਹਨਾਂ ਮੇਰੇ ਪੇਰੈਂਟਸ ਨੇ ਦਿੱਤਾ ਅਤੇ ਆਪਾਂ ਸਿਸਟਮ ਫਿਰ ਸੈੱਟ ਕਰ ਲਿਆ ਨਾ ਅਤੇ ਕੋਈ ਇਹੋ ਜਿਹੀ ਗੱਲ ਨਹੀਂ ਬਹੁਤ ਕੁਛ ਕਹਿੰਦੀ ਹੈ ਦੁਨੀਆ ਤਾਂ ਧਿਆਨ ਨਾ ਕਰਿਆ ਕਰੋ ਮਿਊਜ਼ਿਕ ਇੱਕ ਪੋਜ਼ਿਟਿਵਿਟੀ ਹੈ ਬਰੋ ਇਹਨੂੰ ਪੋਜ਼ਿਟਿਵਿਟੀ ਲਈ ਸੁਣਿਆ ਕਰੋ ਅਤੇ ਉਹਨੂੰ ਪੋਜ਼ਿਟਿਵਿਟੀ ਫੈਲਾਉਣ ਲਈ ਅੱਗੇ ਸ਼ੇਅਰ ਕਰਿਆ ਕਰੋ ਕਦੇ ਮਿਊਜ਼ਿਕ ਲੜਨ ਵਾਸਤੇ ਨਹੀਂ ਜਾਂ ਕੁਛ ਹੋਰ ਵਾਸਤੇ ਨਹੀਂ ਹੈ ਅਤੇ ਕੋਈ ਬਾਕੀ ਕੋਈ ਗੱਲਬਾਤ ਨਹੀਂ ਹੈਗੀ ਕੋਈ ਬਾਕੀ ਸਾਰਾ ਕੁਛ ਪੋਜ਼ਿਟਿਵ ਆ ਗਾਣਿਆਂ ਦਾ ਗਾਣੇ ਆਏ ਜਾਣਗੇ ਬਰੋ ਜਿਹੜੇ ਚੰਗੇ ਲੱਗੇ ਤਾਂ ਚੰਗੇ ਵੀ ਜ਼ਰੂਰ ਦੱਸਿਆ ਕਰੋ ਬਰੋ ਐਟਲੀਸਟ 3-4 ਵਾਰੀ ਵੀਕਸ 'ਚ ਲਾਈਵ ਆ ਕੇ ਗੱਲਾਂ ਬਾਤਾਂ ਕਰ ਜਾਇਆ ਕਰ ਠੀਕ ਹੈ ਬਾਈ ਮੈਂ ਆ ਜਾ ਕਰੂੰ ਮੈਂ ਤਾਂ ਉੱਦਾਂ ਹੀ ਨਹੀਂ ਆਉਂਦਾ ਹੁੰਦਾ ਲਾਈਵ ਦੇ ਵਿੱਚ ਕਈ ਵਾਰੀ ਕੋਈ ਹੋਰ ਕਮੈਂਟ ਕਰ ਜਾਂਦਾ ਯਾਰ ਐਵੇਂ ਵੀ ਕੋਈ ਓਵਰ ਦਾ ਟੋਪਿਕ ਯਾਨੀ ਕਿ ਕੋਈ ਲੂਜ਼ ਟੋਕ ਨਾ ਹੋਵੇ ਲਾਈਵ ਦੇ ਵਿੱਚ ਹੋਰ ਕੁਛ ਨਹੀਂ ਜਿਵੇਂ ਹੋ ਜਾਂਦੀ ਹੈ ਕਈ ਵਾਰੀ ਸ਼ੋਜ਼ ਅਬਾਊਟ ਟੂ ਬੀ ਲਿਟੀ ਥੈਂਕ ਯੂ ਮਾਲਟਨ ਜੀ ਥੈਂਕ ਯੂ ਅਤੇ ਕਈ ਵਾਰੀ ਚੀਜ਼ਾਂ ਇਹੋ ਜਿਹੀਆਂ ਹੈਪਨ ਹੋ ਜਾਂਦੀਆਂ ਨੇ ਅਤੇ ਸੋ ਮੈਂ ਤਾਂ ਕਰਕੇ ਥੋੜ੍ਹਾ ਲਾਈਵ ਤੋਂ ਪਰਹੇਜ਼ ਕਰਦਾ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਵੀ ਮੈਂ ਲਾਈਵ ਹੋਇਆ ਕਰਾਂ ਤਾਂ ਆਈ ਵਿਲ ਮੈਂ ਆ ਜਾ ਕਰੂੰਗਾ ਮੈਨੂੰ ਕੋਈ ਮਸਲੇ ਵਾਲੀ ਗੱਲ ਨਹੀਂ ਅਤੇ ਦੁਬਾਰਾ ਇੱਕ ਵੀਰੇ ਆਪਣੀ ਪੋਜ਼ਿਟਿਵਿਟੀ ਹੋਈ ਹੈ ਸਾਰੇ ਪਾਸੇ ਕੋਈ ਮਸਲੇ ਵਾਲੀ ਗੱਲ ਨਹੀਂ ਕੋਈ ਦਿਮਾਗ ਦੇ ਵਿੱਚ ਕੋਈ ਨਹੀਂ ਬਹੁਤ ਬਾਕੀ ਗੈਟ ਰੈਡੀ ਪ੍ਰੋ ਸਾਰੇ ਸ਼ੋਜ਼ ਸ਼ੂਜ਼ ਲਈ ਸਪੈਸ਼ਲੀ 4 ਜੂਨ ਵਾਲੇ ਲਈ ਉਹ ਤੋਂ ਬਾਅਦ ਬਾਹਰ ਜਿਹੜਾ ਵਰਲਡ ਟੂਰ ਆ ਉਹ ਸਟਾਰਟ ਹੋ ਜਾਣਾ ਜੁਲਾਈ 'ਚ ਅਤੇ ਗੱਡੀ 'ਚ ਸੌਂਗ ਕਿਹੜਾ ਬਾਈ ਚਮਕੀਲੇ ਚੱਲੀ ਜਾਂਦੇ ਸੀ ਵੀਰੇ ਅਤੇ ਬਾਈ ਜੀ ਕੋਈ ਫਿਲਮ ਨਹੀਂ ਆਉਣੀ
ਬਈ ਕਲੈਬਾਂ ਕਲੂਬਾਂ ਵੀਰੇ ਠੀਕ ਹੈ ਬਈ ਮੈਂ ਜਿੱਥੇ ਮੈਨੂੰ ਇਹ ਨਹੀਂ ਹੁੰਦਾ ਬਈ ਵੀ ਕਲੈਬ ਆਪਾਂ ਵੀ ਕਿਸੇ ਨਾਲ ਆਪਣਾ ਕਲੈਬ ਹੋਊਗੀ ਤਾਂ ਵੀ ਆਪਣਾ ਨਾਮ ਵੱਡਾ ਹੋਊਗਾ। ਮੇਰਾ ਰੀਜ਼ਨ ਇਹ ਹੁੰਦਾ ਵੀ ਪ੍ਰੋਡਕਟ ਜਿਹੜਾ ਆਪਾਂ ਜਿਹੜਾ ਗਾਣਾ ਦੇ ਰਹੇ ਹਾਂ ਕਿਸੇ ਨੂੰ ਹਨਾ, ਮਤਲਬ ਵੀ ਜਿਹੜਾ ਤੁਹਾਡੇ ਅੱਗੇ ਰੀਪ੍ਰਜੈਂਟ ਕਰਨਾ ਉਹ ਕਲੈਬ ਦਾ ਮੀਨਿੰਗ ਇਹ ਹੁੰਦਾ ਵੀ ਦੋ ਡਿਫਰੈਂਟ ਐਰਾਸ ਨੂੰ ਇੱਕ ਦੋ ਡਿਫਰੈਂਟ ਕਲਚਰਸ ਨੂੰ ਇੱਕ ਜਗ੍ਹਾ 'ਤੇ ਹਨਾ ਇੱਕ ਗਾਣੇ 'ਚ ਪਾ ਕੇ ਲੋਕਾਂ ਦੇ ਅੱਗੇ ਰੱਖਿਆ ਜਾਵੇ ਹਨਾ, ਅਤੇ ਉਹ ਕਲੈਬ ਕਲੈਬ ਵਾਂਗੂ ਲੱਗੇ। ਇਹ ਨਹੀਂ ਵੀ ਆਪਾਂ ਧੱਕੇ ਨਾਲ ਕਿਸੇ ਤੋਂ ਕਹੀਏ ਵੀ ਤੂੰ ਗਾਣੇ 'ਚ ਵਰਸ ਕਰ ਜਾਂ ਕੁਛ ਹੋਰ, ਵੀ ਉਹ ਚੀਜ਼ ਵਧੀਆ ਲੱਗਣੀ ਚਾਹੀਦੀ ਹੈ। ਅਤੇ ਕਲੈਬ ਕਦੇ ਇਹ ਨਹੀਂ ਹੁੰਦਾ ਵੀ ਵੱਡੇ ਬੰਦੇ ਨਾਲ ਹੀ ਕਲੈਬ ਕਰਕੇ ਕਲੈਬ ਹੁੰਦੀ ਹੈ, ਓਵਰਆਲ ਪ੍ਰੋਡਕਟ ਤੁਹਾਡਾ ਵੱਡਾ ਹੋਣਾ ਚਾਹੀਦਾ ਫਿਰ ਕਲੈਬ ਦਾ ਫਾਇਦਾ। ਜੇ ਆਪਾਂ ਕਹੀਏ ਵੀ ਉੱਦਾਂ ਹੀ ਕਲੈਬ, ਉਹਦਾ ਕੋਈ ਸੈਂਸ ਨਹੀਂ ਬਣਦੀ ਫਿਰ ਹਨਾ, ਉਹ ਫਿਰ ਐਂ ਆ ਵੀ ਇੱਕ ਬੰਦਾ ਉੱਧਰ ਨੂੰ ਜਾਂਦਾ ਇੱਕ ਬੰਦਾ ਉੱਧਰ ਨੂੰ ਜਾਂਦਾ। ਸੋ ਤਾਂ ਕਰਕੇ ਹਾਲੇ ਕਲੈਬ ਦਾ ਕੋਈ ਮਨ ਨਹੀਂ, ਬਾਕੀ ਛੋਟੇ ਮੋਟੇ ਮੇਰੇ ਯਾਨੀ ਕਿ ਜੋ ਮੈਂ ਪ੍ਰੋਜੈਕਟ ਕਰਦਾ ਰਹਿੰਦਾ ਪ੍ਰੋਡਕਟ ਕਰਦਾ ਰਹਿੰਦਾ ਅਤੇ ਉਹ ਆਉਂਦੇ ਰਹਿਣਗੇ। ਭਾਈ ਜੀ ਹਰ ਗਾਣੇ ਵਿੱਚ ਇੰਗਲਿਸ਼ ਨਾ ਪਾਇਆ ਕਰੋ, ਉਹ ਬਾਈ ਕੁਛ ਨਹੀਂ ਹੁੰਦਾ, ਵਧੀਆ ਤਿਆਰੀ ਹੋ ਜਾਂਦੀ ਇੰਗਲਿਸ਼ ਦੀ ਆਈਲੈਸ। ਤੂੰ ਐਂਡ ਕਰ ਲਾ ਯਾਰ, ਕੋਈ ਗੱਲ ਨਹੀਂ ਐਂਡ ਕਰ ਦਿਆਂਗੇ ਬਾਈ ਹੀਰੋ। ਥੈਂਕ ਯੂ ਜੀ, ਬਾਕੀ ਸਾਰੇ ਬਾਈ ਆਪਣਾ ਖਿਆਲ ਰੱਖਿਓ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹੈ ਅਤੇ ਈ ਪੀ ਲਈ ਬਹੁਤ ਬਹੁਤ ਪਿਆਰ ਤੁਸੀਂ ਦਿੱਤਾ। 73 ਨੰਬਰ 'ਤੇ ਆ ਗਈ, ਬਿਲਬੋਰਡ 'ਤੇ ਚੜ੍ਹ ਗਈ ਹੈ ਨਾ, ਅਤੇ ਇਹੀ ਔਰਗੈਨਿਕ ਚੀਜ਼ਾਂ ਨੇ ਸਾਰੀਆਂ ਹੈ ਨਾ, ਵਿਦਾਊਟ ਐਨੀ ਐਡ ਪ੍ਰਮੋਸ਼ਨ ਤੁਸੀਂ ਇੰਨਾ ਪਿਆਰ ਕਰ ਦਿੰਦੇ। ਜੱਟਾ ਦਿਲੋਂ ਫੈਨ ਹਾਂ ਮੈਂ, ਹੋਰ ਕਿਸੇ ਦਾ ਗਾਣਾ ਅਜੇ ਤੱਕ ਨਹੀਂ ਸੁਣਿਆ, ਵਧੀਆ ਨਹੀਂ ਲੱਗਿਆ ਇੰਨੇ ਤੇਰੇ ਤੋਂ ਫੀਲ ਕੀਤਾ ਜਾਂਦਾ ਹੋਰ ਸੌਂਗ। ਥੈਂਕ ਯੂ ਬਾਈ, ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮੱਚ ਸੁਪਰ ਸਟਾਰ, ਥੈਂਕ ਯੂ ਬਾਈ। ਚਲੋ ਵੀਰੇ ਖਿਆਲ ਰੱਖਿਓ ਆਪਣਾ, ਸਾਰੇ ਲਵ ਯੂ ਆਲ। ਕਿਸੇ ਨੇ ਕੋਈ ਸਵਾਲ ਸਵੂਲ ਪੁੱਛਣਾ ਤਾਂ ਬਾਈ ਪੁੱਛ ਸਕਦੇ ਹੋ। ਲਵ ਯੂ ਬ੍ਰਦਰ ਸਿੱਧੂ ਮੂਸੇਵਾਲਾ, ਥੈਂਕ ਯੂ ਜੀ, ਸਾਰੇ ਸੌਂਗ ਬਹੁਤ ਵਧੀਆ, ਥੈਂਕ ਯੂ ਬ੍ਰਦਰ, ਥੈਂਕ ਯੂ। ਕਮੈਂਟ ਇੱਕ ਜਨਮ ਚ ਹੋਣੀ ਨਹੀਂ ਹੋ ਰਹੀ ਸੀ ਜੱਟ ਦੀ ਬਲੱਡ ਲਸਟ ਹੋ। ਸਾਡੇ ਲੇਖਾਂ ਚ ਕਚਹਿਰੀਆਂ ਥਾਣੇ ਨਹੀਂ, ਸਾਡੇ ਲੇਖਾਂ ਚ ਕਚਹਿਰੀਆਂ ਥਾਣੇ ਨਹੀਂ, ਲਾਈਫ ਸਾਡੀ ਗੱਭਰੂ ਦੀ ਲਾਈਫ ਰਿਸਕੀ ਰਿਸਕੀ ਰਿਸਕੀ, ਰਾਤਾਂ ਨੂੰ ਜਾਗੋ ਫਿਰੇ ਕੱਢਦੀ ਨੀ ਚਿੱਟੀ ਜਿਪਸੀ। ਤੁਹਾਡੇ ਬਹੁਤ ਵੱਡੇ ਫੈਨ ਆ ਉਸਤਾਦ ਜੀ, ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ ਵੀਰੇ। ਚਲੋ ਬਾਈ ਖਿਆਲ ਰੱਖਿਓ ਆਪਣਾ ਸਾਰਾ, ਲਵ ਯੂ ਲੋਟ, ਵਾਹਿਗੁਰੂ ਤੁਹਾਡੇ 'ਤੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਤੁਸੀਂ ਇੱਦਾਂ ਹੀ ਖੁਸ਼ ਖੁਸ਼ ਰਹੋ, ਹੱਸਦੇ ਵੱਸਦੇ ਰਹੋ। ਆਮ ਗੁੱਡ, ਆਮ ਓਕੇ, ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ। ਸੋ ਥੈਂਕ ਯੂ, ਥੈਂਕ ਯੂ ਫੋਰ ਯੂਰ ਬਲੈਸਿੰਗਸ, ਖਿਆਲ ਰੱਖਿਓ ਆਪਣਾ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਕਿਆ ਹੋ ਗਿਆ ਬਾਈ?